ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। 12ਵੀਂ ਸਦੀ ਦੇ ਮਹਾਨ ਸੂਫੀ ਸੰਤ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ 55ਵੇਂ ਆਗਮਨ ਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ। ਤਾਂ ਅਸੀਂ ਅੱਜ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਹਾਂ। ਤਾਂ ਅੱਜ ਤੁਹਾਨੂੰ ਪੂਰਾ ਇਤਿਹਾਸ ਤੋਂ ਜਿਹੜਾ ਜਾਣੂ ਕਰਵਾਵਾਂਗੇ, ਕਦੋਂ ਇੱਥੇ ਆਏ ਹੈ, ਕਿਉਂਕਿ ਦਿੱਲੀ ਤੋਂ ਪਾਕਪਟਨ ਜਾਣ ਸਮੇਂ ਉਹਨਾਂ ਦੇ ਇੱਥੇ ਪਹੁੰਚੇ ਸੀਗੇ, ਤਾਂ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਰੱਖਾਂਗੇ। ਅਤੇ ਅਸੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਪਹੁੰਚੇ ਹਾਂ, ਜਿੱਥੇ 40 ਦਿਨ ਦੇ ਕਰੀਬ ਬਾਬਾ ਫਰੀਦ ਜੀ ਨੇ ਜਪ ਕੀਤਾ। ਤਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ, ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਬਾਬਾ ਫਰੀਦ ਜੀ ਦੇ 55ਵੇਂ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਫਰੀਦਕੋਟ ਦੇ ਵਿੱਚ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਤਾਂ ਇੱਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਧਰਲੇ ਪਾਸੇ ਜੋੜਾ ਘਰ ਹੈ, ਸਭ ਤੋਂ ਪਹਿਲਾਂ ਐਂਟਰੀ ਹੁੰਦੀ ਹੈ, ਐਂਟਰੈਂਸ ਤੋਂ ਬਾਅਦ ਜੋੜਾ ਘਰ ਦੇ ਵਿੱਚ ਸੰਗਤਾਂ ਪਹੁੰਚਦੀਆਂ, ਜੋੜੇ ਉਤਾਰਦੀਆਂ ਨੇ। ਇੱਧਰਲੇ ਪਾਸੇ ਜਿਹੜਾ ਆਪਾਂ ਗੱਲ ਕਰੀਏ ਤਾਂ ਬਾਬਾ ਫਰੀਦ ਜੀ ਦਾ ਉਹ ਸਥਾਨ ਹੈ ਜਿੱਥੇ ਪੁਰਾਣੇ ਵਨ ਨੇ, ਜਿੱਥੇ ਬਾਬਾ ਫਰੀਦ ਜੀ ਨੇ ਤਪੱਸਿਆ ਕੀਤੀ ਸੀ 40 ਦਿਨ। ਤਾਂ ਇਹ ਉਸ ਸਥਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੇ ਆਪਾਂ ਗੱਲ ਕਰੀਏ ਤਾਂ ਸਿਕਿਉਰਿਟੀ ਪਰਪਸ ਦੇ ਨਾਲ ਵੀ ਫਰੀਦਕੋਟ ਪੁਲਿਸ ਵੱਲੋਂ ਇੱਥੇ ਪੂਰੀ ਸਿਕਿਉਰਿਟੀ ਇੱਥੇ ਬਰਕਰਾਰ ਰੱਖੀ ਹੋਈ ਹੈ। ਭਲਾਂ ਉਹ ਯੂਨੀਫਾਰਮ ਦੇ ਵਿੱਚ ਹੋਣ, ਭਲਾਂ ਸਿਵਲ ਐਡਰੈਸ ਦੇ ਵਿੱਚ ਹੋਣ, ਤਾਂ ਉਹ ਵੀ ਇੱਥੇ ਪਹੁੰਚੇ ਨੇ। ਤਾਂ ਉਸ ਧਾਰਮਿਕ ਸਥਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਆਪਾਂ ਪੂਰੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ। ਤਾਂ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਰਮਾਣਾ, ਤਾਂ ਉਹਨਾਂ ਦੇ ਨਾਲ ਪੂਰੀ ਆਪਾਂ ਗੱਲਬਾਤ ਕਰਾਂਗੇ। ਤਾਂ ਆਹ ਉਹ ਤਸਵੀਰਾਂ ਨੇ ਜਿੱਥੇ ਉਹੀ ਵਾਣ ਹੈ ਜਿੱਥੇ ਬਾਬਾ ਸ਼ੇਖ ਫਰੀਦ ਜੀ ਪਹੁੰਚੇ ਸੀਗੇ, ਤਾਂ 40 ਦਿਨ ਦੇ ਕਰੀਬ ਤਪੱਸਿਆ ਕੀਤੀ ਸੀ। ਤਾਂ ਦੇਖ ਸਕਦੇ ਹੋ ਤੁਸੀਂ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਜਿਹੜਾ ਇੱਥੇ ਤੇਲ ਦਾ ਪ੍ਰਸ਼ਾਦ ਚੜ੍ਹਾਇਆ ਜਾ ਰਿਹਾ ਹੈ। ਤਾਂ ਇਹ 24 ਘੰਟੇ ਦੇ ਕਰੀਬ ਹੈ ਜਿਹੜਾ ਇੱਥੇ ਜਿਹੜਾ ਬਾਬਾ ਫਰੀਦ ਜੀ ਦੇ ਜੋ ਇੱਥੇ ਚਿਰਾਗ ਜਿਹੜੇ ਚੱਲਦੇ ਰਹਿੰਦੇ ਹੈ, ਤਾਂ ਲਗਾਤਾਰ ਜਿਹੜੀਆਂ ਸੰਗਤਾਂ ਇੱਥੇ ਹਰ ਦਿਨ ਹਾਜ਼ਰੀ ਭਰਦੀਆਂ ਨੇ। ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪੂਰੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਣੇ ਹੈ। ਸਾਡੇ ਨਾਲ ਭਾਈ ਸੁਰਿੰਦਰ ਸਿੰਘ ਜੀ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਹੈ। ਸਭ ਤੋਂ ਪਹਿਲਾਂ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸੁਣ ਰਹੇ ਸਰੋਤਿਆਂ ਦਾ, ਬਹੁਤ ਬਹੁਤ ਧੰਨਵਾਦ। ਰਮਾਣਾ ਸਾਹਿਬ, ਥੋੜ੍ਹਾ ਜਿਹਾ ਨਾ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਇਤਿਹਾਸ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਕਰਾ ਦਿਓ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਸ ਸਥਾਨ 'ਤੇ ਖੜ੍ਹੇ ਹਾਂ, ਇਹ ਮਹਾਨ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਜੀ ਦਾ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜੀ ਬਾਰਾਂ ਈਸਵੀ ਨੂੰ ਦਿੱਲੀ ਤੋਂ ਪਾਕਪਟਨ ਜਾਂਦਿਆਂ ਹੋਇਆਂ ਇਸ ਸਥਾਨ 'ਤੇ ਉਹਨਾਂ ਨੇ 40 ਦਿਨ ਭਗਤੀ ਕੀਤੀ ਸੀਗੀ। ਇਸਲਾਮ 'ਚ 40 ਦਿਨਾਂ ਦੀ ਜਿਹੜੀ ਭਗਤੀ ਹੁੰਦੀ ਹੈ ਸੂਫੀ ਫਕੀਰਾਂ ਦੀ, ਉਹਨੂੰ ਚਲੀਹਾ ਕਹਿੰਦੇ ਆ। ਬਾਬਾ ਜੀ ਨੇ ਇੱਥੇ ਚਲੀਹਾ ਕੱਟਿਆ ਸੀ, ਪਰ ਇਹਦਾ ਬੈਕਗਰਾਊਂਡ ਇਤਿਹਾਸ ਇਹ ਹੈ ਕਿ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾ ਰਹੇ ਸੀ ਅਤੇ ਰਸਤੇ 'ਚ
ਜਿਹੜੀ ਜਗ੍ਹਾ ਹੁਣ ਫਰੀਦਕੋਟ ਅਤੇ ਕੋਟਕਪੂਰੇ ਦੇ ਇਨ ਬਿਟਵੀਨ ਹੈ, ਜਿੱਥੇ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਜੀ ਦੀ ਯਾਦ 'ਚ ਬਣੇ ਹੋਏ ਹਨ, ਕਿਉਂਕਿ ਬਾਬਾ ਫਰੀਦ ਜੀ ਨੇ ਉੱਥੇ ਪਹਿਲਾਂ ਪੜਾਅ ਕੀਤਾ ਔਰ ਉੱਥੇ ਪੜਾਅ ਕਰਨ ਤੋਂ ਬਾਅਦ ਉਹ ਸਧਾਰਨ ਕੱਪੜੇ ਪਾ ਕੇ ਆਪਣੇ ਜਿਹੜੇ ਸੂਫੀ ਫਕੀਰਾਂ ਵਾਲੇ ਕੱਪੜੇ ਸੀਗੇ ਉਹਨਾਂ ਨੇ ਲਾ ਕੇ ਰੱਖ ਦਿੱਤੇ ਔਰ ਉਹ ਇੱਥੇ ਉਦੋਂ ਇਹ ਜਿਹੜਾ ਕਸਬਾ ਹੈ ਜਿਹਨੂੰ ਅੱਜ ਕੱਲ੍ਹ ਫਰੀਦਕੋਟ ਕਹਿੰਦੇ ਹਨ, ਜਿਸ ਸ਼ਹਿਰ ਹੁਣ ਜਿਹੜਾ ਸ਼ਹਿਰ ਹੈ ਬਹੁਤ ਵੱਡਾ ਹੋ ਗਿਆ ਹੈ, ਉਦੋਂ ਇੱਕ ਬਹੁਤ ਛੋਟਾ ਜਿਹਾ ਪਿੰਡ ਤੋਂ ਵੀ ਛੋਟਾ ਕਸਬਾ ਸੀਗਾ ਜਿਹਦਾ ਨਾਂ ਸੀ ਮੋਕਲਹਰ, ਅਤੇ ਇੱਥੋਂ ਦਾ ਜਿਹੜਾ ਭੱਟੀ ਰਾਜਪੂਤ ਜਿਹੜਾ ਸੀਗਾ ਚੌਧਰੀ ਉਹਦਾ ਨਾਂ ਸੀ ਮੋਕਲ ਸੀ, ਔਰ ਉਹ ਜਦੋਂ ਸਧਾਰਨ ਕੱਪੜਿਆਂ 'ਚ ਇੱਥੇ ਆਪਦਾ ਰਾਸ਼ਨ ਪਾਣੀ ਲੈਣ ਆਏ ਅਤੇ ਇੱਥੇ ਜਿੱਥੇ ਹੁਣ ਕਿਲ੍ਹਾ ਆਏ ਉਦੋਂ ਛੋਟੀ ਜਿਹੀ ਗੜੀ ਬਣ ਰਹੀ ਸੀਗੀ ਔਰ ਬਾਬਾ ਜੀ ਨੂੰ ਮੋਕਲ ਸੀ ਰਾਜੇ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਵੰਗਾਰ 'ਤੇ ਲਾ ਲਿਆ ਔਰ ਉਹਨਾਂ ਨੂੰ ਸਿਰ 'ਤੇ ਗਾਰੇ ਦੀ ਭਰੀ ਟੋਕਰੀ ਚੁਕਾਈ ਅਤੇ ਬਾਬਾ ਜੀ ਬਹੁਤ ਕਰਨੀ ਵਾਲੇ ਪਹੁੰਚੇ ਹੋਏ ਫਕੀਰ ਸੀਗੇ ਅਤੇ ਜਦੋਂ ਦੇਖਿਆ ਕਿ ਬਾਬਾ ਜੀ ਦੀ ਇਹ ਟੋਕਰੀ ਜਿਹੜੀ ਉਹਨਾਂ ਦੇ ਸਿਰ ਤੋਂ ਉੱਚੀ ਜਾ ਰਹੀ ਹੈ ਅਤੇ ਅਹਿਲਕਾਰਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ ਔਰ ਉਹਨਾਂ ਨੇ ਜਾ ਕੇ ਆਪਣੇ ਜਿਹੜੇ ਉਹਨਾਂ ਦਾ ਚੌਧਰੀ ਸੀ ਉਹਨੂੰ ਦੱਸਿਆ ਔਰ ਚੌਧਰੀ ਨੇ ਉੱਥੇ ਆ ਕੇ ਬਾਬਾ ਜੀ ਦੇ ਆਪ ਚਰਨਾਂ 'ਚ ਹਾਜ਼ਰ ਹੋ ਕੇ ਆਪਦੇ ਵੱਲੋਂ ਉਹਦੇ ਸਮੁੱਚੇ ਅਹਿਲਕਾਰਾਂ ਵੱਲੋਂ ਮਾਫ਼ੀ ਮੰਗੀ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਗਲਤੀ ਹੋਈ ਹੈ ਬਾਬਾ ਜੀ, ਸਾਨੂੰ ਮਾਫ਼ ਕਰ ਦਿਓ, ਔਰ ਬਾਬਾ ਜੀ ਨੂੰ ਨਾਲ ਹੀ ਬੇਨਤੀ ਕੀਤੀ ਕਿ ਉਹ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਬਹੁਤ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਹੱਥ ਜੋੜ ਕੇ, ਤੁਸੀਂ ਇੱਥੇ ਠਹਿਰੋ ਔਰ ਆਪਣੀ ਭਗਤੀ ਇੱਥੇ ਕਰੋ, ਤਾਂ ਬਾਬਾ ਜੀ ਨੇ ਉਹਨਾਂ ਦੀ ਬੇਨਤੀ ਕਬੂਲ ਕੀਤੀ ਕਿਉਂਕਿ ਉਹਨਾਂ ਨੇ ਆਪਦੀ ਗਲਤੀ ਮੰਨ ਲਈ ਸੀਗੀ, ਬਹੁਤ ਵੱਡੀ ਗਲਤੀ ਉਹ ਕਰ ਬੈਠੇ ਸੀਗੇ ਔਰ ਪੀਰ ਫਕੀਰਾਂ ਕੋਲ ਜਿਹੜਾ ਨਾ ਉਹ ਕਿਸੇ ਨੂੰ ਸਜ਼ਾ ਨਹੀਂ ਦਿੰਦੇ, ਉਹ ਬਾਸੀਸ ਨਹੀਂ ਦਿੰਦੇ, ਉਹ ਮਾਫ਼ੀਆਂ ਹੀ ਦਿੰਦੇ ਆ, ਗਲਤੀਆਂ ਦਾ ਇਨਸਾਨ ਪੁਤਲਾ, ਔਰ ਬਾਬਾ ਫਰੀਦ ਜੀ ਨੇ ਇੱਥੇ 40 ਦਿਨ ਰਹਿ ਕੇ ਭਗਤੀ ਕੀਤੀ ਔਰ ਚਲੀਹਾ ਕੱਟਿਆ ਔਰ ਜਿਹੜਾ ਰਾਜਾ ਸੀ ਇੱਥੋਂ ਦਾ ਮੋਕਲ ਸੀ ਉਹਨੇ ਇੱਕ ਦੁਨੀਆ 'ਚ ਉਹ ਇਤਿਹਾਸ ਜਿਹੜੀ ਮਿਸਾਲ ਜਿਹੜੀ ਦਿੱਤੀ ਕਿ ਉਹਨੇ ਇਸ ਸ਼ਹਿਰ ਦਾ ਨਾਮ ਮੋਕਲਹਰ ਤੋਂ ਲਾ ਕੇ ਜਿਹੜਾ ਉਹਦੇ ਆਪਦੇ ਨਾਂ 'ਤੇ ਸੀਗਾ ਬਾਬਾ ਜੀ ਦੇ ਨਾਂ 'ਤੇ ਰੱਖਤਾ, ਅਤੇ ਉਦੋਂ ਤੋਂ ਇਸ ਕਸਬੇ ਨੂੰ ਫਰੀਦਕੋਟ ਕਿਹਾ ਜਾਣ ਲੱਗਿਆ, ਜਿਹੜਾ ਅੱਜ ਬਹੁਤ ਵੱਡਾ ਇਹ ਸ਼ਹਿਰ ਹੈ ਔਰ ਜ਼ਿਲ੍ਹਾ ਹੈੱਡਕੁਆਰਟਰ ਹੈ। ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ 55ਵਾਂ ਆਗਮਨ ਪੁਰਬ ਜਿਹੜਾ ਇਹ ਬਾਬਾ ਫਰੀਦ ਜੀ ਦਾ ਮਨਾਇਆ ਜਾ ਰਿਹਾ, 55ਵੇਂ ਵਾਰ ਜਿਹੜਾ ਇਹ ਉਹਨਾਂ ਦੀ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਇਹ ਮੇਲਾ ਮਨਾ ਰਹੇ ਹੋ, ਅਤੇ ਇਹ 55ਵਾਂ ਵੀ ਕਿਹਾ ਜਾ ਰਿਹਾ, 805ਵਾਂ ਵੀ ਕਿਹਾ ਜਾ ਰਿਹਾ? ਨਹੀਂ, ਐਕਚੁਅਲੀ ਬਾਬਾ ਫਰੀਦ ਜੀ ਦਾ ਜਨਮ 1173 ਸੀ ਔਰ 1215 'ਚ ਇੱਥੇ ਬਾਬਾ ਜੀ ਆਏ ਸੀ, 1215 ਤੋਂ 2015 800 ਸਾਲ ਹੋ ਗਏ ਅਤੇ ਹੁਣ 24 ਹੈ, ਐਕਚੁਅਲੀ 809ਵਾਂ ਨਾ ਹੈ 805ਵਾਂ, ਇਹਨੂੰ ਦਰੁਸਤ ਕਰ ਲਓ, ਇਹ ਸਾਰੇ ਇੱਦਾਂ ਕਰ ਰਹੇ ਅੱਡ ਅੱਡ ਕਹਿ ਰਹੇ ਆ। ਅਤੇ ਜੇ ਆਗਮਨ ਪੁਰਬ ਦੀ ਗੱਲ ਕਰੀਏ ਤਾਂ ਸੇਖੋ ਸਾਹਿਬ ਨੇ 1969 'ਚ ਇਸ ਪਵਿੱਤਰ ਸਥਾਨ ਦੀ ਸੇਵਾ ਸੰਭਾਲੀ ਸੀ, ਉਦੋਂ ਤੋਂ ਹੀ ਇਹ ਪਹਿਲਾਂ ਛੋਟੇ ਰੂਪ 'ਚ ਅਤੇ ਫਿਰ ਹੁਣ ਅੱਜ ਦੇ ਰੂਪ 'ਚ ਇਹ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਅਤੇ ਉਸ ਨੂੰ ਜ਼ਰੂਰ 55 ਸਾਲ ਹੋ ਗਏ ਹਨ ਔਰ ਸੇਖੋ ਸਾਹਿਬ ਨੇ ਵੀ 55 ਸਾਲ ਲਗਾਤਾਰ ਇਹਦੀ
ਕੰਟੀਨਿਊਸਲੀ ਸੇਵਾ ਕੀਤੀ ਹੈ, ਬੜੀ ਇਮਾਨਦਾਰੀ ਨਾਲ, ਬੜੀ ਤਨਦਹੀ ਨਾਲ ਇਹ ਸੇਵਾ ਕੀਤੀ ਹੈ। ਔਰ ਉਸ ਨੂੰ 55 ਸਾਲ ਹੋ ਗਏ। ਸੇਖੋਂ ਸਾਹਿਬ ਪਿਛਲੇ ਸਾਲ ਆਪਦੀ ਇਹ ਅੱਧੀ ਸਦੀ ਤੋਂ ਉੱਪਰ 55 ਸਾਲ ਸੇਵਾ ਕਰਦੇ ਹੋਏ 10 ਦਸੰਬਰ 1923 ਨੂੰ 96 ਸਾਲ ਦੀ ਉਮਰ 'ਚ ਵਿਛੋੜਾ ਦੇ ਗਏ ਹਨ। ਹੁਣ ਉਹਨਾਂ ਦੇ ਜਿਹੜੇ ਅਗਲੇ ਆ ਵੱਡੇ ਸਪੁੱਤਰ ਜਿਹੜੇ ਆ ਉਹ ਪਹਿਲਾਂ ਵਾਈਸ ਪ੍ਰਧਾਨ ਸੀ, ਉਹ ਇਸ ਪਵਿੱਤਰ ਸਥਾਨ ਦੀ ਸੇਵਾ ਕਰ ਰਹੇ ਆ, ਸਰਦਾਰ ਸਿਮਰਜੀਤ ਸਿੰਘ ਜੀ ਸੇਖੋਂ, ਜਿਹੜੇ ਇਹਨਾਂ ਦੋਹਾਂ ਸੰਸਥਾਵਾਂ ਦੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਔਰ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ, ਉਹ ਦੋਨਾਂ ਦੇ ਉਹ ਪ੍ਰਧਾਨ ਕਮ ਚੇਅਰਮੈਨ ਹਨ। ਰਮਣਾ ਸਾਹਿਬ, ਜਦੋਂ ਹੁਣ 55 ਸਾਲ ਹੋ ਗਏ ਤੁਹਾਨੂੰ, ਜਿਹੜਾ ਇਹ ਇਤਿਹਾਸਿਕ ਮੇਲਾ ਤੁਸੀਂ ਮਨਾਉਂਦੇ ਹੋ, ਅਤੇ ਸੰਗਤਾਂ ਨੂੰ ਕੀ ਕੁਝ ਜਿਹੜਾ ਇੱਥੇ ਦੇਖਣ ਨੂੰ ਮਿਲਦਾ? ਦੇਖੋ, ਜਿਹੜਾ ਇਹ ਅਸਲ ਜਿਹੜਾ ਜਿਸ ਰੂਪ 'ਚ ਹੁਣ ਇਹ ਮੇਲਾ ਮਨਾਇਆ ਜਾਂਦਾ, ਇਹਦਾ ਜਿਹੜਾ ਮੋਢਾ ਨਾ, ਮੈਂ ਕੱਲ੍ਹ ਵੀ ਦੱਸਿਆ ਸੀ ਜਦੋਂ ਕੱਲ੍ਹ 19 ਤਰੀਕ ਨੂੰ ਸਾਡੇ ਜ਼ਿਲ੍ਹੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਨੇ IAS, ਉਹਨਾਂ ਹਮੇਸ਼ਾ ਹੀ ਪਰੰਪਰਾ ਰਹੀ ਹੈ ਕਿ ਇਹ ਮੇਲੇ ਦੀ ਸ਼ੁਰੂਆਤ, ਫਾਰਮਲੀ ਸ਼ੁਰੂਆਤ ਮਾਨਯੋਗ DC ਸਾਹਿਬ ਜ਼ਿਲ੍ਹੇ ਦੇ ਜਿਹੜੇ ਵੀ ਮੌਜੂਦਾ ਹੁੰਦੇ ਆ ਹਰ ਸਾਲ, ਕਿਉਂਕਿ ਟ੍ਰਾਂਸਫਰਸ ਹੁੰਦੀਆਂ ਰਹਿੰਦੀਆਂ, ਉਹਨਾਂ ਨੇ ਸੰਗਤ ਦੇ ਸਨਮੁੱਖ ਹੋ ਕੇ ਇਸ ਪਵਿੱਤਰ ਸਥਾਨ ਤੋਂ ਇਸ ਮੇਲੇ ਦੀ ਰਸਮੀ ਸ਼ੁਰੂਆਤ ਕਰਨੀ ਹੁੰਦੀ ਆ। ਔਰ ਇਹ ਰਸਮੀ ਸ਼ੁਰੂਆਤ ਕੱਲ੍ਹ ਉਹਨਾਂ ਨੇ ਆਪਦੇ ਸੰਗਤ ਦੇ ਸਨਮੁੱਖ ਹੋ ਕੇ ਕਰ ਦਿੱਤੀ ਆ। ਔਰ ਮੁੱਢ ਜਿਹੜਾ ਮੈਂ ਇਹ ਕਿਹਾ ਕਿ 1985 ਤੋਂ ਵੱਜਿਆ, ਇਹ ਅਸਲ 'ਚ ਉਦੋਂ ਸੈਂਟਰ ਸਰਕਾਰ ਨੇ 5 ਕਲਚਰਲ ਜ਼ੋਨ ਬਣਾਏ ਸੀਗੇ ਤਾਂ ਕਿ ਸਾਰੇ ਸੂਬਿਆਂ ਦਾ ਜਿਹੜਾ ਰਹਿਣ ਸਹਿਣ, ਸੱਭਿਆਚਾਰ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੁੰਦਾ ਰਹੇ। ਅਤੇ ਜਿਹੜਾ ਨੌਰਥ ਜ਼ੋਨ ਦਾ ਕਲਚਰਲ ਜ਼ੋਨ ਸੀਗਾ, ਉਹਦਾ ਹੈੱਡਕੁਆਟਰ ਪਟਿਆਲੇ ਸੀਗਾ, ਔਰ ਉਹਦੀ ਜਿਹੜੀ ਇੰਚਾਰਜ ਸੀਗੀ, ਉਹਨਾਂ ਨੂੰ ਚੇਅਰਮੈਨ ਕਹਿ ਲਓ, ਇੰਚਾਰਜ ਕਹਿ ਲਓ, ਪੋਸਟਿੰਗ ਸੀਗੀ ਉਹਨਾਂ ਦੀ, ਉਹ ਸੀ ਮੈਡਮ ਗਤਕਾ ਕੱਲਾ IAS। ਔਰ ਉਹਨਾਂ ਦੇ ਨਾਲ ਇੱਕ ਅਸ਼ਵਨੀ ਟੰਡਨ, ਬਹੁਤ ਜਿਹੜਾ ਸੀਗਾ ਉਹ ਵੱਡਾ ਕਲਾਕਾਰ ਸੀ, ਫਿਲਮ ਸਾਜ਼ ਸੀ, ਉਹ ਇਹਨਾਂ ਦਾ ਸਾਥ ਦੇ ਰਹੇ ਸੀ। ਅਤੇ ਸਾਡਾ ਇਹ ਜ਼ਿਲ੍ਹਾ ਜਿਹੜਾ ਪੁਰਾਣਾ ਫਰੀਦਕੋਟ ਜਿਹੜਾ ਜ਼ਿਲ੍ਹਾ ਸੀਗਾ, ਉਹਦੇ 'ਚ ਮੋਗਾ ਅਤੇ ਮੁਕਤਸਰ ਦੋ ਤਹਿਸੀਲਾਂ ਸੀਗੀਆਂ, ਐਡਾ ਵੱਡਾ ਜ਼ਿਲ੍ਹਾ ਸੀਗਾ। ਉਦੋਂ ਇਸ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਸੀਗੇ। ਔਰ ਉਦੋਂ ਪੰਜਾਬ 'ਚ ਥੋੜ੍ਹਾ ਜਿਹਾ ਜਿਹੜਾ ਨਾ ਫਿਰਕੂ ਸੋਚਾਂ ਦਾ ਬੜਾ ਇੱਕ ਮਾਹੌਲ ਜਿਹਾ ਬਣਿਆ ਹੋਇਆ ਸੀ, ਔਰ ਇਸ ਕਰਕੇ ਇਸ ਟੀਮ ਨੇ ਫੈਸਲਾ ਕੀਤਾ, ਗਵਰਨਰ ਸਾਹਿਬ ਸੀਗੇ ਉਦੋਂ ਸੁਧਾਰ ਸ਼ੰਕਰ ਰੇ, ਜਿਹੜੇ ਬੰਗਾਲ ਦੇ ਪਹਿਲਾਂ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ, ਔਰ ਕੋਈ ਉਹ ਸਰਕਾਰ ਸੈਂਟਰ ਸਰਕਾਰ ਆਪਦੇ ਅਧੀਨ ਇਨ ਕਲਚਰਲ ਜ਼ੋਨ ਦੇ ਥਰੂ ਇੱਕ ਕੋਈ ਮੇਲਾ ਪੰਜਾਬ 'ਚ ਮਨਾਉਣਾ ਚਾਹੁੰਦੇ ਸੀਗੇ, ਕੋਈ ਐਸਾ ਸਾਂਝਾ ਫਕੀਰ ਕਿਸੇ ਵੀ ਧਰਮ ਦਾ ਹੋਵੇ ਜਿੱਥੇ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕੋ ਜਿਹੀ ਸ਼ਰਧਾ ਨਾਲ ਉੱਥੇ ਮੱਥਾ ਟੇਕਦੇ ਹੋਣ। ਔਰ ਜਿਹੜੀ ਤੁਸੀਂ ਆਹ ਗੱਲ ਕਹੀ ਨਾ, ਮੈਂ ਉਹਦਾ ਤੁਹਾਡੇ ਸਵਾਲ ਦਾ ਜਵਾਬ ਲੈਣਾ, ਜਿੱਥੇ ਆਪਾਂ ਖੜ੍ਹੇ ਹਾਂ ਇਹ ਉਹ ਜਗ੍ਹਾ ਹੈ ਜਿੱਥੇ ਇਸ ਤੋਂ ਨੇੜੇ ਹੀ ਮੰਦਰ ਵੀ ਹੈਗਾ, ਮਸਜਿਦ ਵੀ ਹੈਗੀ ਹੈ, ਇੱਥੇ ਬਾਬਾ ਫਰੀਦ ਦਾ ਸਥਾਨ ਹੈ ਅਤੇ ਵਿੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਪ੍ਰਕਾਸ਼ ਹੈ, ਗੁਰਦੁਆਰਾ ਸਾਹਿਬ। ਬਿਲਕੁਲ ਬਿਲਕੁਲ, ਇਹ ਬਹੁਤ ਸਾਡੇ ਦੇਸ਼ ਵਾਸਤੇ ਵੱਡੀ ਮਿਸਾਲ ਹੈ, ਔਰ ਇੱਥੇ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਫਿਰਕੂ ਸੋਚਾਂ ਇਸ ਸਥਾਨ 'ਤੇ ਕਦੇ ਵੀ ਨਾ ਕੋਈ ਅਜੇ ਤੱਕ ਇਹੋ ਜਿਹੀ ਗੱਲ ਕੋਈ ਇਸ ਸ਼ਹਿਰ 'ਚ ਹੋਈ ਹੈ, ਨਾ ਮੈਨੂੰ ਲੱਗਦਾ ਬਾਬਾ ਫਰੀਦ ਜੀ ਦੀ ਇੰਨੀ ਮਿਹਰ ਹੈ, ਇੰਨੀ ਕਿਰਪਾ, ਬੜਾ ਕੁਛ ਵੇਖਿਆ ਇਦੋਂ ਪਹਿਲਾਂ ਇਤਿਹਾਸ 'ਚ, ਲੋਕਾਂ ਨੇ ਇੱਥੇ ਕਦੇ ਕੋਈ ਚੀਜ਼ ਨਹੀਂ ਹੋਈ। ਅਤੇ ਉਸ ਤੋਂ ਬਾਅਦ 1986 'ਚ ਸਾਰੀਆਂ ਸਕੀਮਾਂ ਪਾਸ ਹੋ ਕੇ ਆਈਆਂ, ਸੇਖੋਂ ਸਾਹਿਬ ਨਾਲ ਉਸ ਟੀਮ ਨੇ ਬਹੁਤ
ਦੋ ਤਿੰਨ ਚਾਰ ਵੱਡੀਆਂ ਮੀਟਿੰਗਾਂ ਕੀਤੀਆਂ ਔਰ ਸੇਖੋ ਸਾਹਿਬ ਬਹੁਤ ਇੰਟੈਲੀਜੈਂਟ ਵਕੀਲ ਸੀਗੇ, ਉਹਨਾਂ ਨੇ ਸਾਰਾ ਇਤਿਹਾਸ ਉਹਨਾਂ ਨੂੰ ਦੱਸਿਆ ਔਰ ਆਖਿਰਕਾਰ ਇਹ ਉਹਨਾਂ ਤੋਂ ਕਨਵਿੰਸ ਹੋਈ ਟੀਮ ਔਰ ਉਹ ਟੀਮ ਗਵਰਨਰ ਸਾਹਿਬ ਦੇ ਥਰੂ ਇਸ ਟੀਮ ਨੇ ਜਿਹੜੀ ਆਪਦੀ ਸਾਰੀ ਸਕੀਮ ਜਿਹੜੀ ਸੈਂਟਰ ਸਰਕਾਰ ਨੂੰ ਭੇਜੀ ਔਰ ਇਹ ਸਕੀਮ ਪਾਸ ਹੋ ਗਈ ਅਤੇ ਔਰ 1986 'ਚ ਪਹਿਲੀ ਵਾਰੀ ਜਿਹੜਾ ਅੱਜ ਦੇ ਰੂਪ 'ਚ ਇਹ ਆਗਮਨ ਪੁਰਬ ਹਰ ਸਾਲ ਮਨਾਇਆ ਜਾਂਦਾ ਹੈ ਉਦੋਂ ਮਨਾਇਆ ਗਿਆ ਸੀ ਅਤੇ 1986 ਤੋਂ ਬਾਅਦ ਇਹਦੇ ਨਾਲ ਹਰ ਸਾਲ ਕੁਛ ਨਾ ਕੁਛ ਨਵੀਆਂ ਚੀਜ਼ਾਂ ਐਡ ਹੁੰਦੀਆਂ ਹੀ ਗਈਆਂ, ਸਾਰੀਆਂ ਸਪੋਰਟਸ ਕਲੱਬਾਂ ਰਜਿਸਟਰਡ ਹੋਈਆਂ, ਕੋਈ ਕਵੀ ਸੰਮੇਲਨ ਦੀ ਸੁਸਾਇਟੀ ਬਣੀ ਉਹ ਰਜਿਸਟਰਡ ਹੋਣ ਲੱਗੀ, ਕੋਈ ਕੁਸ਼ਤੀਆਂ ਵਾਲੀ ਸੁਸਾਇਟੀ ਜਿਹੜੀ ਆ ਉਹ ਰਜਿਸਟਰਡ ਹੋਈ, ਸ਼ੂਟਿੰਗ ਕਲੱਬਾਂ ਬਣੀਆਂ। ਸਰ ਮੈਂ ਤੁਹਾਡੇ ਉਸੇ ਸਵਾਲ 'ਤੇ ਇੱਕ ਜਵਾਬ ਲੈਣਾ ਚਾਹੁੰਦਾ ਹੈ, ਜਿਵੇਂ ਹੁਣ ਇੰਦਰਜੀਤ ਸਿੰਘ ਖਾਲਸਾ ਸੀਗਾ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬਾਬਾ ਫਰੀਦ ਜੀ ਨੂੰ ਫਰੀਦਕੋਟ ਦੇ ਲੋਕ ਉਨਾ ਨਹੀਂ ਜਾਣਦੇ ਸੀਗੇ, ਜਦੋਂ ਇਹ ਕਮੇਟੀ ਤੁਹਾਡੀ ਜਿਹੜੀ ਬਣੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਆਗਮਨ ਪੁਰਬ ਮਨਾਉਣੇ ਸ਼ੁਰੂ ਕਰਤੇ ਅਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੰਨਾ ਕੁ ਜਿਹੜਾ ਜ਼ਿਕਰ ਹੋ ਗਿਆ ਕਿ ਲੋਕ ਆਪਣੇ ਵੱਡੇ ਵੱਡੇ ਜਿਹੜੇ ਕਾਰੋਬਾਰ ਚਲਾਉਂਦੇ ਸੀ ਉਹਨਾਂ 'ਤੇ ਬਾਬਾ ਸ਼ੇਖ ਫਰੀਦ ਦਾ ਨਾਮ ਲਿਖਦੇ ਸੀ, ਹੁਣ ਤਾਂ ਨਿੱਕੇ ਨਿੱਕੇ ਖੋਖਿਆਂ 'ਤੇ ਲਿਖਣ ਲੱਗ ਗਏ। ਇਹ ਸੇਖੋ ਸਾਹਿਬ ਦੀ ਗੱਲ ਬਿਲਕੁਲ ਦਰੁਸਤ ਹੈ ਔਰ ਮੈਂ ਇਹਦੀ 500% ਜਿਹੜੀ ਤਾਇਦ ਕਰਦਾ ਹਾਂ। ਸੇਖੋ ਸਾਹਿਬ ਨੇ ਜਦੋਂ 1969 'ਚ ਇਸ ਪਵਿੱਤਰ ਸਥਾਨ ਦਾ ਜਿਹੜੀ ਸੇਵਾ ਸੰਭਾਲੀ ਔਰ ਉਹਨਾਂ ਨੇ ਪਹਿਲੀ ਗੱਲ ਤਾਂ ਇੰਨੀ ਤਨਦੇਹੀ ਨਾਲ ਇਸ ਸਥਾਨ ਦੀ ਸੇਵਾ ਕੀਤੀ ਹੈ ਕਿ ਜਿਸ ਦੀ ਅੱਜ ਮਹਾਨਤਾ ਅਤੇ ਮਹੱਤਤਾ ਜਿਹੜੀ ਹੈ ਦੁਨੀਆ 'ਚ ਗਈ ਹੈ ਔਰ ਇਹ ਮਹਾਨਤਾ ਮਹੱਤਤਾ ਇਹ ਵੀ ਗੱਲ ਉਹਨਾਂ ਦੀ ਦਰੁਸਤ ਹੈ ਕਿ ਲੋਕ ਇਸ ਸਥਾਨ ਦੀ ਇਤਿਹਾਸਿਕ ਮਹਾਨਤਾ ਅਤੇ ਮਹੱਤਤਾ ਨੂੰ ਬਾਬਾ ਫਰੀਦ ਜੀ ਨੂੰ ਨਹੀਂ ਜਾਣਦੇ ਸੀ ਫਰੀਦਕੋਟ ਵਾਲੇ ਸਥਾਨ ਦੀ ਔਰ ਉਹਨਾਂ ਨੇ ਇਹ ਸਾਰਾ ਰਿਕਾਰਡ ਜਿਹੜਾ ਬਾਬਾ ਫਰੀਦ ਜੀ ਦਾ ਨਾਲ ਰਿਲੇਟਡ ਸੀ ਆ ਉਹਨਾਂ ਨੇ ਬਹੁਤ ਡੂੰਘਾਈ 'ਚ ਜਾ ਕੇ ਬਹੁਤ ਸਾਰੇ ਰਾਈਟਰਾਂ ਨੂੰ ਪੜ੍ਹਿਆ ਔਰ ਈਵਨ ਸਾਡੇ ਜਿਹੜੇ ਫਿਰੋਜ਼ਪੁਰ ਡਿਵੀਜ਼ਨ ਦੇ ਜਿਹੜੇ ਰਿਕਾਰਡ ਆਫਿਸ ਸੀਗੇ ਪੁਰਾਣੇ ਉਹ ਵੀ ਜਾ ਕੇ ਉਹਨਾਂ ਨੇ ਜਾ ਕੇ ਦੇਖੇ, ਉੱਥੋਂ ਬਹੁਤ ਸਾਰੇ ਰੈਫਰੈਂਸਿਸ ਲਿਆਂਦੇ। ਬਾਬਾ ਫਰੀਦ ਜੀ ਇਸ ਰਸਤੇ ਹੀ ਗਏ ਸੀਗੇ ਪਾਕਪਟਨ ਨੂੰ ਔਰ ਉਹਨਾਂ ਨੇ ਇਸ ਇਤਿਹਾਸਿਕ ਸਥਾਨ ਦੀ ਮਹੱਤਤਾ ਅਤੇ ਮਹਾਨਤਾ ਨੂੰ ਆਪਣੀ ਸੇਵਾ ਨਾਲ, ਸੋਸ਼ਲ ਮੀਡੀਆ ਨਾਲ, ਇਸ ਜਿਹੜਾ ਆਗਮਨ ਪੁਰਬ ਹੈ ਉਹਦੇ ਰਾਹੀਂ ਜਿਹੜਾ ਹਰ ਸਾਲ ਮਨਾਇਆ ਜਾਂਦਾ, ਜਿਹੜਾ ਅੱਜ ਅੰਤਰਰਾਸ਼ਟਰੀ ਪੱਧਰ ਦਾ ਇਹ ਮੇਲੇ ਦੇ ਰੂਪ 'ਚ ਆਗਮਨ ਪੁਰਬ ਬਣ ਗਿਆ, ਇਹ ਬਿਲਕੁਲ ਸੇਖੋ ਸਾਹਿਬ ਦੀ ਗੱਲ ਦਰੁਸਤ ਹੈ। 55 ਸਾਲ ਦੀ ਸੱਚੀ ਚੁਸਤੀ ਸੇਵਾ, ਉਹਨਾਂ ਦਾ ਇੰਨੇ ਇੰਟੈਲੀਜੈਂਟ ਹੋਣਾ, ਪੜ੍ਹੇ ਲਿਖੇ ਹੋਣਾ, ਸਾਰਾ ਇਤਿਹਾਸ ਪੜ੍ਹ ਕੇ ਸਾਰੀ ਅਥੈਂਟਿਸਿਟੀ ਉਹਨਾਂ ਨੇ ਪਹਿਲਾਂ ਉਹਨੂੰ ਜਿਹੜਾ ਆਪਦਾ ਉਹ ਅਥੈਂਟਿਸਿਟੀ ਸਾਰੀ ਵਕੀਲ ਜਿਹੜੇ ਲੋਕ ਹੁੰਦੇ ਆ ਨਾ ਉਹ ਅਥੈਂਟਿਸਿਟੀ ਡਾਕੂਮੈਂਟ ਬਿਨਾਂ ਅੱਗੇ ਚੱਲ ਨਹੀਂ ਸਕਦੇ ਅਦਾਲਤੀ, ਉਵੇਂ ਉਹਨਾਂ ਨੇ ਖੋਜ ਕੀਤੀ ਔਰ ਬਿਲਕੁਲ ਦਰੁਸਤ ਹੈ ਉਹਨਾਂ ਨੇ ਇਸ ਸਥਾਨ ਦੀ ਜਿਹੜੀ ਇਤਿਹਾਸਿਕ ਮਹਾਨਤਾ ਅਤੇ ਮਹੱਤਤਾ ਦੁਨੀਆ 'ਚ ਪਹੁੰਚਾਈ ਹੈ। ਸਰਮਾਣਾ ਸਾਹਿਬ, ਜਿਵੇਂ ਹੁਣ ਆਪਾਂ ਇੱਥੇ ਖੜ੍ਹੇ ਹਾਂ, ਆਪਣੇ ਪਿੱਛੇ ਇੱਕ ਵਣ ਦਾ ਦਰਖਤ ਹੈ, ਇੱਕ ਦੂਜੇ ਪਾਸੇ ਵਣ ਦਾ ਦਰਖਤ ਹੈ, ਦੋਨਾਂ ਵਣ ਦੇ ਦਰਖਤਾਂ ਦਾ ਇਤਿਹਾਸ ਕੀ ਹੈ? ਇਹ ਵਣ ਦੇ ਦਰਖਤਾਂ ਦਾ ਇਤਿਹਾਸ ਇਹ ਹੈ ਕਿ ਉਦੋਂ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਬਹੁਤ ਛੋਟਾ ਜਿਹਾ ਪਿੰਡ ਨਾਲੋਂ ਵੀ, ਅੱਜ ਦੇ ਪਿੰਡ ਨਾਲੋਂ ਵੀ ਛੋਟਾ ਜਿਹਾ ਇਹ ਕਸਬਾ ਸੀਗਾ ਔਰ ਇਹ ਉਦੋਂ ਨਾ ਕੋਈ ਨਹਿਰਾਂ ਸੀ, ਨਾ ਕੋਈ ਨਹਿਰੀ ਪਾਣੀ ਸੀ, ਨਾ ਕੋਈ ਟਿਊਬਵੈੱਲਾਂ ਦਾ ਯੁੱਗ ਸੀਗਾ, ਨਰੋਲ ਬਰਾਨ ਇਲਾਕਾ ਸੀ ਅਤੇ ਉਦੋਂ ਵਣ ਅਤੇ ਇਹ ਝਾੜ ਬੂਟ ਹੀ ਇਸ ਇਲਾਕੇ 'ਚ ਹੁੰਦੇ ਸੀਗੇ ਅਤੇ ਜਦੋਂ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਇਤਿਹਾਸ ਕਿ ਬਾਬਾ ਜੀ ਨੂੰ ਅਹਿਲਕਾਰਾਂ ਨੇ ਗਾਰੇ ਦੀ ਟੋਕਰੀ ਚੁਕਾਈ ਵਿਗਾਰ 'ਤੇ ਲਾ ਕੇ ਅਤੇ ਜਦੋਂ ਉਸ
ਭੱਟੀ ਰਾਜਾ ਜਿਹੜਾ ਚੌਧਰੀ ਸੀਗਾ ਉਹਨੇ ਆ ਕੇ ਮਾਫ਼ੀ ਮੰਗੀ ਅਤੇ ਬਾਬਾ ਫਰੀਦ ਜੀ ਨੇ ਉਦੋਂ ਆਪਦੇ ਗਾਰੇ ਵਾਲੇ ਜਿਹੜੇ ਲਿਬੜੇ ਹੱਥ ਸੀਗੇ ਉਹ ਇਸ ਵਣ ਦੇ ਦਰਖਤ ਨਾਲ ਪੂਜ ਜਿਹੜੇ ਹੈ ਪੂੰਝੇ ਕਹਿ ਲਓ ਸਾਫ਼ ਕੀਤੇ ਸੀਗੇ ਔਰ ਉਦੋਂ ਤੋਂ ਇਹ ਦਰਖਤ ਅੱਜ ਤੱਕ ਇਹ ਹਰਾ ਹੈ ਇਹਨੂੰ ਦੇਖ ਲਓ ਤੁਸੀਂ 809 ਸਾਲ ਹੋ ਗਏ ਆ। ਮੇਰਾ ਕਹਿਣ ਦਾ ਭਾਵ ਇਹੀ ਸੀਗਾ ਵੀ ਦੋ ਦਰਖਤ ਹੈ, ਇੱਕ ਵਣ ਦੇ ਬਾਬਾ ਜੀ ਨੇ ਹੱਥ ਲਾਏ, ਦੂਜੇ ਵਣ ਦੇ ਇਤਿਹਾਸ 'ਚ। ਹਾਂ ਇਹ ਇੱਕ ਨੂੰ ਲਾਏ ਹੋਣਾ, ਦੋਨੋਂ ਵੀ ਲਾਤੇ ਨੇੜੇ ਨੇੜੇ ਤੋਂ ਹੋਈ ਸੀ, ਵਣ ਹੀ ਹੁੰਦੇ ਸੀਗੇ ਬਾਪੂ ਵੀ ਸਾਰੇ ਬਰਾਨ ਇਲਾਕੇ 'ਚ ਹੀ, ਆਪਣੇ ਪਿਓ ਦਾਦੇ ਦੱਸਦੇ ਆ ਸਾਰਾ ਇਲਾਕਾ ਤਾਂ ਬਰਾਨ ਸੀਗਾ ਨਾ। ਲਾਸਟ ਸਵਾਲ ਆ ਜੀ, ਹੁਣ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ, 19 ਤਰੀਕ ਤੋਂ ਸਤੰਬਰ ਤੋਂ ਜਿਹੜਾ ਸਟਾਰਟ ਹੋ ਗਿਆ, 23 ਸਤੰਬਰ ਤੱਕ ਇਹ ਮੇਲਾ ਚੱਲਣਾ, ਤਾਂ ਨਗਰ ਕੀਰਤਨ ਕਥਾਵਾਚਕ ਸਾਰੇ ਇੱਥੇ ਚੱਲਣੇ ਆ, ਤਾਂ 23 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਵੀ ਨਿਕਲਣਾ। ਸੰਗਤਾਂ ਨੂੰ ਕੋਈ ਅਪੀਲ ਤੁਹਾਡੇ ਵੱਲੋਂ? ਬਸ ਹਮੇਸ਼ਾ ਦੀ ਤਰ੍ਹਾਂ ਇਹ ਨਗਰ ਕੀਰਤਨ ਬਾਬਾ ਫਰੀਦ ਜੀ ਦੇ ਇਸ ਪਵਿੱਤਰ ਸਥਾਨ ਤੋਂ ਸ਼ੁਰੂ ਹੁੰਦਾ ਔਰ ਕਿਲ੍ਹੇ ਦੇ ਅੱਗੋਂ ਦੀ ਬਾਜ਼ਾਰ ਦੇ ਵਿੱਚ ਦੀ ਜੁਬਲੀ ਸਿਨੇਮਾ ਚੌਂਕ, ਹੁੱਕੀ ਵਾਲਾ ਚੌਂਕ, ਕੋਟਪੂਰਾ ਰੋਡ, ਸਾਰਾ ਇਹ ਸਫ਼ਰ ਤੈਅ ਕਰਕੇ ਗੋਦੜੀ ਸਾਹਿਬ ਪਹੁੰਚਦਾ ਔਰ ਮੇਰੀ ਤਾਂ ਸੰਗਤਾਂ ਨੂੰ ਸੰਦੇਸ਼ ਕੋਈ ਨਹੀਂ, ਇਹ ਬੇਨਤੀ ਹੈ ਇਸ ਪਵਿੱਤਰ ਸਥਾਨ 'ਤੇ ਖੜ੍ਹ ਕੇ ਔਰ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਇੰਨਾ ਤੁਸੀਂ ਕੀ ਕਹਿੰਦੇ ਹੋ ਭਾਈਚਾਰਕ ਸਾਂਝ ਰੱਖਦੇ ਹੋ, ਥਾਂ ਥਾਂ ਲੰਗਰ ਲਾਉਂਦੇ ਹੋ, ਕਿਹੜੀ ਚੀਜ਼ ਆ ਜਿਹੜੀ ਇਸ ਮੇਲੇ 'ਚ ਲੋਕਾਂ ਨੂੰ ਖਾਣ ਪੀਣ ਨੂੰ ਨਹੀਂ ਮਿਲਦੀ, ਜਿਹੜੀ ਸ਼ਾਇਦ ਇਹ ਹੋਟਲਾਂ 'ਚ ਵੀ ਨਾ ਮਿਲੇ, ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇ ਵੀ ਲੰਗਰ ਲਾਉਣੇ ਹੋ। ਬਸ ਸੁੱਖ ਸ਼ਾਂਤੀ ਨਾਲ ਇਹ ਸਾਰਾ ਜਿਹੜਾ ਹੈਗਾ ਮੇਲਾ ਆਪਣਾ ਸਮਾਪਤ ਆਵੇ ਅਤੇ ਕੋਈ ਵੀ ਇੱਥੋਂ ਮਾੜੀ ਖਬਰ ਨਾ ਜਾਵੇ। ਅਤੇ ਅੰਤ 'ਚ ਮੈਂ ਇਹੀ ਕਹੂੰਗਾ, ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਕਰਾਂ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਅਤੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੇੜੇ ਗੁਰੂਆਨ ਮੇਂ, ਆਪ ਨੇੜੇ ਗਰੀਬਾਨ ਮੇਂ, ਸਿਰ ਨੀਵਾਂ ਕਰ ਦੇਖ। ਇੰਨੇ ਕੁ ਸ਼ਬਦਾਂ ਨਾਲ ਹੀ ਮੈਂ ਖੇਮਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤਾਂ ਸੁਣਿਆ ਤੁਸੀਂ ਪਹਿਲਾਂ ਜਿਵੇਂ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਵਣ ਦੇ ਦਰਖਤ ਜਿੱਥੇ ਬਾਬਾ ਜੀ ਨੇ ਚੁਲੀਆ ਕੱਟਿਆ, ਤਾਂ ਉਸ ਤੋਂ ਬਾਅਦ ਆਹ ਸਥਾਨ ਆ ਜਿਹੜਾ ਬੜਾ ਧਾਰਮਿਕ ਪੁਰਾਣਾ ਪਵਿੱਤਰ ਸਥਾਨ ਹੈ, ਇੱਥੇ ਜਿਹੜਾ ਬਾਬਾ ਜੀ ਦੇ ਨਾਮ 'ਤੇ ਬਣਿਆ ਹੋਇਆ। ਤਸਵੀਰਾਂ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਉਹ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਸੋਹਣੀਆਂ ਤਸਵੀਰਾਂ ਹੈ। ਤਾਂ ਬਾਬਾ ਸ਼ੇਖ ਫਰੀਦ ਜੀ ਦੇ ਉਹੀ ਜਿਹੜਾ ਇਹ ਤਸਵੀਰ ਹੈ, ਜਦੋਂ ਜਿਹੜਾ ਉਹਨਾਂ ਦੇ ਸਿਰ 'ਤੇ ਜਿਹੜਾ ਗਾਰੇ ਦੀ ਟੋਕਰੀ ਰੱਖੀ ਸੀ, ਤਾਂ ਉਹ ਗਾਰੇ ਵਾਲੀ ਟੋਕਰੀ ਕੁਝ ਹੱਥ ਜਿਹੜੀ ਉੱਪਰ ਚਲੀ ਗਈ ਸੀਗੀ, ਤਾਂ ਉਸ ਤੋਂ ਬਾਅਦ ਹੀ ਜਿਹੜੇ ਉਸ ਵਕਤ ਦੇ ਰਾਜਾ ਸੀਗੇ, ਤਾਂ ਮੋਕਲ ਹਾਰ ਤਾਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਨਮਸਕਾਰ ਕੀਤਾ ਸੀ। ਆਹ ਦੇਖ ਸਕਦੇ ਹੋ ਉਹੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਤੇ ਆਹ ਉਹ ਦਰਖਤ ਦੀ ਇੱਕ ਤਸਵੀਰ ਹੈ ਜਿੱਥੇ ਬਾਬਾ ਜੀ ਨੇ ਗਾਰੇ ਨਾਲ ਲਿਬੜੇ ਹੱਥ ਆਪਣੇ ਪੂੰਝੇ ਸੀਗੇ, ਤਾਂ ਉਹ ਅੱਜ ਵੀ ਜਿਹੜੀ ਇਸ ਜਿਹੜਾ ਕਮੇਟੀ ਵੱਲੋਂ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਕਮੇਟੀ ਵੱਲੋਂ ਉਹਨਾਂ ਵੱਲੋਂ ਸਾਂਭ ਕੇ ਰੱਖੀ ਹੋਈ ਹੈ। ਤਾਂ ਇੱਥੇ ਲੋਕ ਆ ਕੇ ਨਤਮਸਤਕ ਹੁੰਦੇ ਨੇ, ਆਪਣੀਆਂ ਜਿਹੜੀਆਂ ਮਨੋਕਾਮਨਾ ਲਈ ਇੱਥੇ ਪਹੁੰਚਦੇ ਨੇ, ਸਾਰੀਆਂ ਮਨੋਕਾਮਨਾ ਜਿਹੜੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ। ਤਾਂ ਇਹ ਟਿੱਲਾ ਬਾਬਾ ਫਰੀਦ ਜੀ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ। ਤਾਂ ਦੂਜੀ ਵੱਡੀ ਗੱਲ ਹੈ, ਇੱਥੇ ਦੋ ਜਿਹੜੇ ਪ੍ਰਸ਼ਾਦ ਆ ਜਿਹੜੇ ਸੰਗਤਾਂ ਵੱਲੋਂ ਚੜ੍ਹਾਏ ਜਾਂਦੇ ਆ, ਇੱਕ ਮਿਸ਼ਰੀ ਦਾ ਅਤੇ ਸ਼ੱਕਰ ਦਾ, ਉਸ ਤੋਂ ਪਹਿਲਾਂ ਤੇਲ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ। ਤਾਂ ਇਹ ਜਿਹੜਾ ਸੰਗਤਾਂ ਨੂੰ ਵਰਤਾਇਆ ਜਾਂਦਾ। ਤਾਂ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਇਹ ਲੰਗਰ ਹਾਲ ਹੈ। ਤਾਂ ਇਹ ਲੰਗਰ ਹਾਲ ਦੀਆਂ ਤਸਵੀਰਾਂ, ਅਤੇ ਆਹ ਦੇਖ ਸਕਦੇ ਹੋ ਤੁਸੀਂ, ਜਦੋਂ ਵੀ ਕਿਤੇ ਤੁਸੀਂ ਬਾਬਾ ਸ਼ੇਖ ਫਰੀਦ ਜੀ ਦੇ ਇੱਥੇ ਧਾਰਮਿਕ ਸਥਾਨ 'ਤੇ ਨਤਮਸਤਕ ਹੋਵੋਗੇ, ਪੂਰਾ ਇਤਿਹਾਸ ਤੁਹਾਨੂੰ ਇੱਥੇ ਬਾਬਾ ਫਰੀਦ ਜੀ ਦਾ ਦੇਖਣ ਨੂੰ ਮਿਲੇਗਾ। ਬਾਬਾ ਫਰੀਦ ਜੀ ਦਾ ਸਾਰੀਆਂ ਜਿਹੜੀਆਂ ਸੰਸਥਾਵਾਂ ਦਾ ਜਿਹੜਾ ਸੰਖੇਪ ਇਤਿਹਾਸ ਹੈ ਇੱਥੇ, ਉਹ ਤੁਹਾਨੂੰ ਦੇਖਣ ਨੂੰ ਮਿਲੇਗਾ। ਤਾਂ ਇੱਧਰਲੇ ਪਾਸੇ ਜਿਹੜਾ
ਬੀਬੀ ਫਾਤਮਾ ਜੀ ਲੰਗਰ ਹਾਲ ਦੇਖ ਸਕਦੇ ਹੋ ਤੁਸੀਂ ਤਸਵੀਰਾਂ। ਤਾਂ ਲੋਕ ਸੰਗਤ ਹੈ ਜਿਹੜੀ ਅੱਜ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੈ। ਤਾਂ ਪਹਿਲਾਂ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਨਮਸਕਾਰ ਕੀਤਾ, ਨਤਮਸਤਕ ਹੋਇਆ, ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਜ਼ਰੀਆਂ ਭਰੀਆਂ, ਉਹਨਾਂ ਦਾ ਆਸ਼ੀਰਵਾਦ ਲਿਆ। ਤਾਂ ਹੁਣ ਜਿਹੜਾ ਉਹ ਲੰਗਰ ਹਾਲ ਦੇ ਵਿੱਚ ਜਾਣ ਲਈ ਤਿਆਰ ਆ। ਤਾਂ ਦੇਖ ਸਕਦੇ ਹੋ ਬਹੁਤ ਵੱਡੀ ਲਾਈਨ ਲੱਗੀ ਹੈ। ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਵੇਰੇ 3:45 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਹੈ ਪ੍ਰਕਾਸ਼ ਕੀਤੇ ਜਾਂਦੇ ਆ। ਪ੍ਰਕਾਸ਼ ਹੋਣ ਤੋਂ ਬਾਅਦ ਜਿਹੜਾ ਇੱਕ ਹੁਕਮਨਾਮਾ ਸਾਹਿਬ ਆ ਜਿਹੜਾ ਸਭ ਤੋਂ ਪਹਿਲਾਂ 3:45 'ਤੇ ਜਿਹੜਾ 3:45 'ਤੇ ਹੁਕਮਨਾਮਾ ਸਾਹਿਬ ਆਉਂਦਾ, ਤਾਂ ਉਹ ਹੁਕਮਨਾਮਾ ਸਾਹਿਬ ਆ ਜਿਹੜਾ ਇੱਥੇ ਲਿਖਿਆ ਜਾਂਦਾ, ਤਾਂ ਜੋ ਸਾਰੀ ਜਿਹੜੀਆਂ ਦਿਹਾੜੀ ਜਾਂ ਸਾਰਾ ਦਿਨ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ, ਤਾਂ ਉਹ ਆ ਕੇ ਜਿਹੜਾ ਇਹ ਹੁਕਮਨਾਮਾ ਸਾਹਿਬ ਪੜ੍ਹਨ ਅਤੇ ਆਪਣੀ ਖੁਸ਼ੀ ਹੈ ਜਿਹੜੀ ਪ੍ਰਵਾਨ ਕਰਨ। ਤਾਂ ਉਹ ਜਿਹੜਾ 3:45 'ਤੇ ਸਵੇਰੇ ਹੁਕਮਨਾਮਾ ਸਾਹਿਬ ਆਉਂਦਾ, ਤਾਂ ਉਹ ਹੁਕਮਨਾਮਾ ਸਾਹਿਬ ਇੱਥੇ ਲਿਖਿਆ ਗਿਆ। ਤਾਂ ਵੇਖ ਸਕਦੇ ਹੋ ਤੁਸੀਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਦੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਇੱਧਰ ਹੋਏ ਨੇ, ਇੱਕੋ ਜਗ੍ਹਾ 'ਤੇ ਇੱਕੋ ਸਥਾਨ 'ਤੇ। ਜੇ ਆਪਾਂ ਪਿਛਲੀ ਗੱਲ ਜਿਵੇਂ ਪਹਿਲਾਂ ਸਾਂਝੀ ਕੀਤੀ ਹੈ, ਤਾਂ ਬਿਲਕੁਲ ਕੁਝ ਹੀ ਦੂਰੀ 'ਤੇ ਮੰਦਰ ਜਿਹੜੇ ਬਣੇ ਹੋਏ ਨੇ, ਤਾਂ ਉਸ ਤੋਂ ਅੱਗੇ ਇੱਕ ਮਸਜਿਦ ਜਿਹੜੀ ਬਣੀ ਹੋਈ ਹੈ। ਤਾਂ ਉਸ ਤੋਂ ਬਾਅਦ ਨਾਲ ਹੀ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਸਥਾਨ ਹੈ, ਤਾਂ ਉਸੇ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਨੇ। ਤਾਂ ਇੱਥੇ ਵੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਅਤੇ ਲਗਾਤਾਰ ਜਿਹੜੇ ਕੀਰਤਨ ਇੱਥੇ ਚੱਲਦੇ ਰਹਿੰਦੇ ਆ, ਤਾਂ ਉਹ ਕੀਰਤਨ ਦਾ ਪ੍ਰਚਾਰ ਸੰਗਤਾਂ ਦੇ ਨਾਲ, ਸੰਗਤਾਂ ਨੂੰ ਉਸ ਕੀਰਤਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੇਖ ਸਕਦੇ ਹੋ ਤੁਸੀਂ ਭਾਈ ਸਾਧਾ ਸਿੰਘ ਜਿਹੜੇ ਮਹਾਨ ਕੀਰਤਨੀਏ ਨੇ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਜਿਹੜਾ ਇਹਨਾਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਅੱਜ ਇਹ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਦੇ ਵਿੱਚ ਜਿਹੜਾ ਕੀਰਤਨ ਕਰਕੇ ਸੰਗਤਾਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜੇ ਆਪਾਂ ਅੱਜ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਦਰਬਾਰ ਦੇ ਵਿੱਚ ਪਹੁੰਚੇ ਹਾਂ। ਤਾਂ ਇਹ ਇਕੱਲਾ ਜਿਹੜਾ ਅੱਜ ਦਾ ਦਿਨ ਹੀ ਨਹੀਂ, ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਪਹੁੰਚੇ ਆ, ਜੇਕਰ ਆਪਾਂ ਗੱਲ ਕਰੀਏ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਹੀ ਨਹੀਂ, ਹਰ ਜਿਹੜਾ ਦਿਨ ਲੋਕ ਇਸੇ ਤਰ੍ਹਾਂ ਇੱਥੇ ਪਹੁੰਚਦੇ ਆ। ਖਾਸ ਕਰਕੇ ਆਪਾਂ ਵੀਰਵਾਰ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ, ਕਿਉਂਕਿ ਇਕੱਲੇ ਫਰੀਦਕੋਟ ਦੀ ਗੱਲ ਨਹੀਂ ਕਰਦੇ, ਪੂਰੇ ਪੰਜਾਬ ਦਾ ਹੀ ਨਹੀਂ, ਪੂਰੇ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ ਇੱਥੇ ਆ ਕੇ ਨਤਮਸਤਕ ਹੁੰਦੀ ਹੈ, ਆਪਣੀਆਂ ਹਾਜ਼ਰੀਆਂ ਭਰਦੀ ਹੈ, ਆਪਣੀਆਂ ਜੋ ਅਰਦਾਸ ਬੇਨਤੀਆਂ ਇੱਥੇ ਕਰਦੇ ਹੈ। ਤਾਂ ਜਿੰਨੀਆਂ ਅਰਦਾਸ ਬੇਨਤੀਆਂ ਇਸ ਜਗ੍ਹਾ 'ਤੇ ਆ ਕੇ ਹਰ ਸੰਗਤ ਦੀਆਂ ਪੂਰੀਆਂ ਹੁੰਦੀਆਂ, ਭਲਾ ਉਹ ਫਰੀਦਕੋਟ ਦੀ ਹੋਵੇ, ਪੰਜਾਬ ਦੀ ਹੋਵੇ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਹੋਵੇ, ਤਾਂ ਇੱਥੇ ਆ ਕੇ ਪਹੁੰਚਦੀ ਹੈ, ਤਾਂ ਉਹਨਾਂ ਦੀਆਂ ਜਿੰਨੀਆਂ ਮਨੋਕਾਮਨਾ ਉਹ ਸਾਰੀਆਂ ਇੱਥੇ ਪੂਰੀਆਂ ਹੁੰਦੀਆਂ, ਜੋ ਵੀ ਉਹਨਾਂ ਦੀਆਂ ਮਨੋਕਾਮਨਾ ਹੁੰਦੀਆਂ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੀਆਂ। ਤਾਂ ਪੂਰੀ ਸੰਗਤ, ਗ੍ਰੰਥੀ ਸਾਹਿਬ ਦੀ ਗੱਲ ਕਰੀਏ ਤਾਂ ਪੂਰੀ ਬੜੀ ਮਰਿਆਦਾ ਦੇ ਨਾਲ ਇੱਥੇ ਉਹ ਜਿਹੜਾ ਆਪਦਾ ਕੰਮ ਕਾਜ ਕਰਦੇ ਨੇ। ਤਾਂ ਇਸ ਪਾਸੇ ਸੱਚਖੰਡ ਵਸੇ ਨਿਰੰਕਾਰ, ਤਾਂ ਇਹ ਸੱਚਖੰਡ ਹੈ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਜਿਹੜੇ ਕਰਵਾਏ ਜਾਂਦੇ ਆ। ਤਾਂ ਇੱਥੋਂ ਹੀ ਜਿਹੜਾ ਸਵੇਰੇ 3:45 'ਤੇ ਜਿਹੜਾ ਪ੍ਰਕਾਸ਼ ਕੀਤਾ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਅਤੇ ਰਾਤ ਨੂੰ 8 ਵਜੇ ਦੇ ਕਰੀਬ ਸੁਖ ਆਸਣ ਕਰਵਾਏ ਜਾਂਦੇ ਆ। ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਰਾਹੀਂ ਸੰਗਤਾਂ ਪੂਰੀ ਵੱਡੀ ਗਿਣਤੀ ਦੇ ਵਿੱਚ ਇੱਥੇ
ਪਹੁੰਚੀਆਂ ਹੋਈਆਂ ਨੇ ਤਾਂ ਉਹ ਕੀਰਤਨ ਜਪਦੀਆਂ ਨਜ਼ਰ ਆ ਰਹੀਆਂ ਨੇ। ਤਾਂ ਸਾਰਾ ਇਤਿਹਾਸ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਆਪਾਂ ਬਾਬਾ ਸ਼ੇਖ ਫਰੀਦ ਜੀ ਦਾ। ਵੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਨ ਲਈ ਪਹੁੰਚੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਂਝੀਆਂ ਨਾਲ ਕਰ ਰਹੇ ਹਾਂ, ਕਿਉਂਕਿ ਮਾਤਾ ਪਿਤਾ ਦਾ ਇੱਕੋ ਉਹਨਾਂ ਦੇ ਮਨ 'ਚ ਹੁੰਦੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਜ਼ਰੂਰ ਉੱਥੇ ਲੈ ਕੇ ਜਾਈਏ। ਇਸੇ ਕਰਕੇ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਮਾਤਾ ਪਿਤਾ ਹੈ ਉਹ ਨਾਲ ਲੈ ਕੇ ਆਉਂਦੇ ਹੈ ਤਾਂ ਜੋ ਉਹਨਾਂ ਦੇ ਬੱਚੇ ਆ ਜਿਹੜਾ ਇਸ ਗੁਰਬਾਣੀ ਦੇ ਨਾਲ ਬਾਬਾ ਸ਼ੇਖ ਫਰੀਦ ਜੀ ਦੇ ਇਤਿਹਾਸ ਦੇ ਨਾਲ ਜੁੜਨ। ਤਾਂ ਫਿਰ ਤਸਵੀਰਾਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਇਹ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦਾ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਨੇ। ਤਾਂ ਸਾਰੇ ਇਸ ਇਤਿਹਾਸ ਦੇ ਬਾਰੇ ਤੁਹਾਨੂੰ ਇੱਕ ਇੱਕ ਗੱਲ ਜਿਹੜੀ ਜਾਣੂ ਕਰਵਾਈ ਹੈ। ਤਾਂ ਦੇਖੋ ਤੁਸੀਂ ਸੰਗਤਾਂ ਇੱਥੇ ਜਾਪ ਕਰਦੀਆਂ ਨਜ਼ਰ ਆ ਰਹੀਆਂ ਨੇ, ਇਕੱਲਾ ਇੱਥੇ ਬਹਿ ਕੇ ਗੁਰਬਾਣੀ ਨਹੀਂ ਸੁਣਦੀਆਂ ਗੀਆਂ, ਖੁਦ ਗੁਰਕਾ ਸਾਹਿਬ ਦੇ ਨਾਲ ਜਿਹੜਾ ਉਹ ਜਿੰਨੀ ਆਪਣੀ ਨਿਤਨੇਮ ਦੀ ਬਾਣੀ ਦੇ ਪਾਠ ਕਰਦੇ ਨੇ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਤਾਂ ਸੁਣਿਆ ਅੱਜ ਤੁਸੀਂ ਇੱਕ ਇੱਕ ਗੱਲ ਆ ਜਿਹੜੀ ਤੁਹਾਡੇ ਸਾਹਮਣੇ ਰੱਖੀ ਹੈ, ਕਿਉਂਕਿ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਆਗਮਨ ਪੁਰਬ ਹੈ ਇਹ 55ਵੀਂ ਵਾਰ ਜਿਹੜਾ ਮਨਾਇਆ ਜਾ ਰਿਹਾ, ਤਾਂ ਉਸ ਦੀ ਖੁਸ਼ੀ ਦੇ ਵਿੱਚ ਜਿਹੜਾ ਇਹ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ, 19 ਤੋਂ 23 ਸਤੰਬਰ ਤੱਕ ਜਿਹੜਾ ਇਹ ਮੇਲਾ ਲਗਾਤਾਰ ਇੱਥੇ ਜਾਰੀ ਰਹਿਣਾ। ਤਾਂ ਉਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ। ਤਾਂ ਅਸੀਂ ਵੀ ਤੁਹਾਨੂੰ ਇਹ ਬੇਨਤੀ ਕਰਾਂਗੇ ਕਿ ਤੁਸੀਂ ਵੀ ਜਿਹੜਾ ਜ਼ਰੂਰ ਟਾਈਮ 'ਚੋਂ ਟਾਈਮ ਕੱਢ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰੋ, ਕਿਉਂਕਿ ਸਾਰਾ ਇਤਿਹਾਸ ਤੁਹਾਨੂੰ ਇੱਥੇ ਜਾਣਨ ਨੂੰ ਮਿਲੇਗਾ। ਤਾਂ ਇੱਕ ਵਾਰ ਫਿਰ ਤੁਹਾਡੇ ਨਾਲ ਤਸਵੀਰਾਂ ਇਸ ਦਰਬਾਰ ਹਾਲ 'ਚੋਂ ਜਦੋਂ ਸੰਗਤ ਫਰੀਦ ਹਾਲ ਆ ਜਿਹੜਾ ਲਿਖਿਆ ਇੱਥੋਂ ਬਾਹਰ ਆਉਂਦੀ ਹੈ, ਬਾਹਰ ਆ ਕੇ ਇੱਥੋਂ ਜਿਹੜਾ ਦੇਗ ਦਾ ਜਿਹੜਾ ਸੰਗਤਾਂ ਨੂੰ ਦੇਗ ਦਿੱਤੀ ਜਾਂਦੀ ਹੈ, ਦੇਗ ਦਾ ਪ੍ਰਸ਼ਾਦ ਇੱਥੋਂ ਲੈ ਕੇ ਸੰਗਤਾਂ ਜਿਹੜੀਆਂ ਆਪਦੀਆਂ ਉਹਨਾਂ ਦੀਆਂ ਮਨੋਕਾਮਨਾ ਹੁੰਦੀਆਂ ਉਹ ਪੂਰੀਆਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਅਤੇ ਹੁਣ ਸਾਡੀ ਦੁਆਰਾ ਫਿਰ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਸੀਂ ਵੀ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੋ ਕਿ ਸਾਡਾ ਟਾਈਮ 'ਚੋਂ ਟਾਈਮ ਕੱਢ ਕੇ ਇਸ ਸਥਾਨ 'ਤੇ ਇੱਕ ਵਾਰੀ ਜ਼ਰੂਰ ਆ ਕੇ ਮੱਥਾ ਟੇਕੋ, ਤਾਂ ਜੋ ਜਿਹੜੀਆਂ ਤੁਹਾਡੀਆਂ ਮਨੋਕਾਮਨਾ ਤੁਹਾਡੀਆਂ ਉਮੀਦਾਂ ਉਹ ਜਿਹੜੀਆਂ ਇੱਥੇ ਤੁਸੀਂ ਅਰਦਾਸ ਬੇਨਤੀਆਂ ਕਰੋਗੇ ਉਹ ਪੂਰੀਆਂ ਜ਼ਰੂਰ ਹੋਣਗੀਆਂ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।